ਉਹਨਾਂ ਦੀ ਰੂਟੀਨ ਸੀ ਜਿਹੜੀ, ਕਿਉਂਕਿ ਮੈਂ ਦੋ ਵਾਰ ਉਹਨਾਂ ਦਾ ਐਮ ਐਲ ਏ ਰਿਹਾ, ਚਲੋ ਚੇਅਰਮੈਨ ਵੀ ਰਹੇ ਹਾਂ। ਸੋ ਉਹ ਹਮੇਸ਼ਾ ਹੀ ਬੜੇ ਪੰਕਚਰ ਹੁੰਦੇ ਜਿਹੜੇ ਟਾਈਮ ਇੱਕ ਤੇ ਪਹੁੰਚਣਾ, ਸਾਡੇ ਹਰ ਸਾਲ ਸ਼੍ਰੀ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਆਉਂਦੇ ਸੀਗੇ, ਟਾਈਮ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਦੇ ਸੀਗੇ ਵਪਾਰ ਦੀ ਕਾਨਫਰੰਸ। ਅਲੀ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਕਿੱਸਾ ਇਹੋ ਜਿਹਾ ਸਾਂਝਾ ਕਰੋ ਜੋ ਸਿੱਖ ਤੁਹਾਨੂੰ ਉਹਨਾਂ ਦੇ ਕੋਲੋਂ ਮਿਲੀ ਹੋਵੇ, ਜਾਂ ਉਹਨਾਂ ਦੇ ਕੋਲ ਜਦੋਂ ਤੁਸੀਂ ਬੈਠੇ ਹੋਵੋ, ਕੋਈ ਇਹੋ ਜਿਹੀ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਕਿ ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਡਰਾਸਟਿਕ ਚੇਂਜ ਜਾਂ ਪਰਿਵਰਤਨ ਲੈ ਕੇ ਆਇਆ ਹੋਵੇ। ਦੇਖੋ, ਇੱਕ ਤਾਂ ਉਹਨਾਂ ਦੇ ਵਿੱਚ ਇਹ ਸੀ ਕਿ ਉਹਨਾਂ ਨੇ ਕਿਸੇ ਵੀ ਬੰਦੇ ਨਾਲ ਜੇ ਗੱਲ ਕਰਨੀ ਆ, ਚਾਹੇ ਕਿਸੇ ਛੋਟੇ ਤੋਂ ਛੋਟੇ ਅਫਸਰ ਨਾਲ, ਚਾਹੇ ਕਿਸੇ ਵੱਡੇ ਨਾਲ, ਬੜੀ ਰਿਸਪੈਕਟ ਦੇ ਨਾਲ ਉਹਨਾਂ ਨੇ ਗੱਲ ਕਰਨੀ, ਚਾਹੇ ਚੀਫ ਮਿਨਿਸਟਰ ਚੋਂ ਗੱਲ ਕਰਦੇ ਸੀਗੇ। ਹਰੇਕ ਬੰਦੇ ਨੂੰ, ਕਿਸੇ ਨੇ ਵੀ ਅੱਗੇ ਫੋਨ ਚੱਕਿਆ, ਚਾਹੇ ਕਿਸੇ ਨੇ ਪੀਏ ਨੇ ਵੀ ਫੋਨ ਚੱਕ ਲਿਆ, ਤਾਂ ਸਰਦਾਰ ਸਾਹਿਬ ਕਹਿ ਕੇ ਉਹਨਾਂ ਨੇ ਸਾਹਿਬ ਕਹਿ ਕੇ ਗੱਲ ਕਰਨੀ ਹਰੇਕ ਦੇ ਨਾਲ, ਚਾਹੇ ਕੋਈ ਛੋਟਾ ਵਾ ਚਾਹੇ ਕੋਈ ਵੱਡਾ ਵਾ। ਸੋ ਬਹੁਤ ਜ਼ਿਆਦਾ ਜਿਹੜੀ ਅਗਲੇ ਨੂੰ ਰਿਸਪੈਕਟ ਦਿੰਦੇ ਸਾਹਮਣੇ ਵਾਲੇ ਨੂੰ, ਮੈਨੂੰ ਲੱਗਦਾ ਕਦੇ ਉਹਨਾਂ ਨੇ ਉੱਚੀ ਆਵਾਜ਼ 'ਚ ਕਦੇ ਕਿਸੇ ਨਾਲ ਗੱਲ ਕੀਤੀ ਹੋਵੇ, ਚਾਹੇ ਉਹ ਸਰਕਾਰ 'ਚ ਹੋਣ ਚਾਹੇ ਨਾ ਹੋਣ। ਸੋ ਉਹ ਬਹੁਤ ਵੱਡੀ ਹਲੀਮੀ ਸੀ ਉਹਨਾਂ ਦੇ ਵਿੱਚ, ਉਹਨੂੰ ਸਿੱਖਣ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਨਾ। ਤੇ ਇੱਕ ਉਹਨਾਂ ਨੂੰ ਖੇਤੀ ਦਾ ਬੜਾ ਸ਼ੌਂਕ ਸੀਗਾ, ਤੇ ਜਦੋਂ ਵੀ ਮਿਲਣਾ ਉਹਨਾਂ ਨੇ ਖੇਤੀਬਾੜੀ ਦੀਆਂ ਗੱਲਾਂ ਜ਼ਰੂਰ ਕਰਨੀ, ਕਿਉਂਕਿ ਮੈਨੂੰ ਬੜਾ ਸ਼ੌਂਕ ਹੈ ਖੇਤੀ ਦਾ ਜੀ। ਤੇ ਅੱਜ ਵੀ ਹੁਣ ਅਸੀਂ ਦਾ ਸਮਾਂ ਜਦੋਂ ਥੋੜ੍ਹਾ ਉਹ, ਫਿਰ ਵੀ ਜਦੋਂ ਵੀ ਫ੍ਰੀ ਹੁੰਦੇ ਖੇਤ ਜਾਂਦੇ ਸੀਗੇ ਆਪਦੇ, ਜਾਂ ਆਪਦੇ ਬਾਗ ਲੱਗੇ ਉੱਥੇ ਜਾਂਦੇ ਸੀ, ਤੇ ਹਮੇਸ਼ਾ ਹੀ ਖੇਤੀ ਦੀ ਗੱਲ ਕਰਦੇ ਰਹਿੰਦੇ ਸੀ। ਪੰਜਾਬ ਦੀ ਖੇਤੀ ਲਈ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ, ਪੰਜਾਬ ਦੀ ਕਿਸਾਨੀ ਲਈ ਖਾਸ ਤੌਰ 'ਤੇ ਬੜਾ ਵੱਡਾ ਯੋਗਦਾਨ ਰਿਹਾ। ਅੱਜ ਜਿਹੜੇ ਕਿਸਾਨਾਂ ਦੇ ਟਿਊਬਲਾਂ ਦੇ ਬਿੱਲ ਮਾਫ਼ ਨੇ, ਜਿਹੜੇ 1997 ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ, ਬਣਦੇ ਸਾਰ ਹੀ ਉਹਨਾਂ ਦੇ ਮਾਫ਼ ਕੀਤੇ ਸੀਗੇ। ਸੋ ਫੋਕਲ ਪੁਆਇੰਟ ਬਣਾਏ ਜਿਹੜੇ ਪਿੰਡਾਂ ਦੇ ਵਿੱਚ। ਸੋ ਹੋਰ ਬਹੁਤ ਵੱਡੀ ਦੇਣ ਆ ਖੇਤੀ ਦੇ ਲਈ, ਕਿਸਾਨੀ ਲਈ ਉਹਨਾਂ ਦੀ ਜਿਹੜੀ ਦੇਣ ਆ ਉਸਨੂੰ, ਠੀਕ ਆ, ਹਰ ਵਰਗ ਨੂੰ ਬਹੁਤ ਕੁਛ ਦਿੱਤਾ ਉਹਨਾਂ ਨੇ, ਲੇਕਿਨ ਜਿਹੜਾ ਕਿਸਾਨੀ ਲਈ ਉਹਨਾਂ ਦਾ ਹਮੇਸ਼ਾ ਯੋਗਦਾਨ, ਕਿਉਂਕਿ ਜਿਹੜੇ ਕਿਸਾਨ ਲੀਡਰ ਨੇ ਪੂਰੇ ਦੇਸ਼ ਦੇ, ਜਦੋਂ ਕਿਸਾਨ ਲੀਡਰਾਂ ਦੀ ਗੱਲ ਹੋਊਗੀ, ਪਿਛਲੇ 60-70 ਸਾਲਾਂ ਜਿੰਨੇ ਵੀ ਹੋਏ ਨੇ, ਉਸ ਦੇ ਵਿੱਚ ਸਤਿਪ੍ਰਕਾਸ਼ ਸਿੰਘ ਬਾਦਲ ਜੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਸੀ। ਸਰ, ਜੋ ਵਕਤ ਗੁਜ਼ਰਿਆ ਸ਼੍ਰੋਮਣੀ ਅਕਾਲੀ ਦਲ ਦੇ ਲਈ, ਉਹ ਇਹੋ ਜਿਹਾ ਵਕਤ ਸੀਗਾ ਜਿੱਥੇ ਬਹੁਤ ਉੱਚਾਈ, ਮਤਲਬ ਉਤਰਾਅ ਦੇਖਣ ਤੋਂ ਬਾਅਦ ਹੁਣ ਉਹਨਾਂ ਨੂੰ, ਮਤਲਬ ਕਿ ਜ਼ਿੰਦਗੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਛ ਵੇਖਿਆ, ਪਾਰਟੀ ਨੇ ਵੀ ਦੇਖਿਆ, ਲੀਡਰਾਂ ਨੇ ਵੀ ਦੇਖਿਆ, ਹੁਣੇ ਜੋ ਗੁਜ਼ਰਿਆ ਵਕਤ ਹੈਗਾ ਇਹਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਪੰਜਾਬ ਦੇ ਲਈ ਜਿਹੜਾ ਦੇ ਵਿੱਚ ਵੀ ਗੁਜ਼ਾਰਿਆ ਉਹਨਾਂ ਨੇ, ਸੋ ਬਹੁਤ ਵੱਡਾ ਘਾਟਾ ਉਹਨਾਂ ਜਾਣ ਦਾ ਸਾਰਿਆਂ ਨੇ। ਬਹੁਤ ਬਹੁਤ ਸ਼ੁਕਰੀਆ ਸਰ ਵਕਤ ਸਾਂਝਾ ਕਰਨ ਦੇ ਲਈ। ਸੋ ਤੁਸੀਂ ਇਸ ਵਕਤ ਸੁਣ ਰਹੇ ਸੀਗੇ ਮਨਪ੍ਰੀਤ ਸਿੰਘ ਅਯਾਲੀ ਹੋਰਾਂ ਨੂੰ, ਔਰ ਉਹਨਾਂ ਨੇ ਤਮਾਮ ਆਪਣਾ ਜ਼ਿੰਦਗੀ ਦਾ ਤਜਰਬਾ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਰਿਹਾ ਉਹ ਸਾਂਝਾ ਕੀਤਾ। ਇਸ ਵਕਤ ਸਾਡੇ ਨਾਲ ਸੀਨੀਅਰ ਜਰਨਲਿਸਟ ਤਜਿੰਦਰ ਸਿੰਘ ਫਤਿਹਪੁਰ ਜੀ ਵੀ ਹੈਗੇ ਨੇ, ਔਰ ਬਾਜਵਾ ਸਾਹਿਬ ਵੀ ਹੈਗੇ ਨੇ। ਬਾਜਵਾ ਸਾਹਿਬ, ਬਤੌਰ ਜਰਨਲਿਸਟ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮੁਕਾਮ ਆਏ ਜਦੋਂ ਤੁਸੀਂ ਬੜੇ ਨਜ਼ਦੀਕ ਹੋ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੇਖਿਆ, ਦਰਸ਼ਕ ਜਿਹੜੇ ਸਾਨੂੰ ਇਸ ਵਕਤ ਦੇਖਦੇ ਪਏ, ਤੁਸੀਂ ਸਾਡੇ ਨਾਲ ਸਾਂਝਾ ਕਰੋ ਕਿ ਉਹ ਕਿਸ ਤਰੀਕੇ ਦਾ ਐਕਸਪੀਰੀਅੰਸ ਹੈ। ਇੱਕ ਤਾਂ ਦੇਖੋ, ਸਾਡੀ ਬੜਾ ਇੱਕ ਲੰਬਾ ਦੌਰ ਹੈ 25-26 ਸਾਲ ਦੀ ਪੱਤਰਕਾਰਤਾ, ਜਿਸੀਂ ਆਪਣਾ ਦੇਖਿਆ ਕਿ ਇੱਕ ਤਾਂ ਬੜੀ ਜਿਹੀ ਪੇਸ਼ੈਂਸ ਸੀਗੀ ਸਿਆਸਤਦਾਨ ਦੇ ਵਿੱਚ, ਮਤਲਬ ਕਿ ਬਾਦਲ ਸਾਹਿਬ ਨੇ ਕਦੀ ਵੀ, ਅਸੀਂ ਕਦੀ ਤਾਂ ਆਪਣੀ ਸਟੇਜ 'ਤੇ ਗੁੱਸਾ ਨਹੀਂ ਵੇਖਿਆ, ਨਾ ਸਾਨੂੰ ਕਦੀ ਕਵਰੇਜ ਕਰਨ ਦਾ ਇਹ ਮੌਕਾ ਮਿਲਿਆ ਕਿ ਉਹ ਬਹਿਸ ਕੀਤੀ ਹੈ ਜਾਂ ਉਹਨਾਂ ਨੇ ਆਪਣੇ ਹੀ ਕੁਝ ਤੇ। ਉਹ ਮੈਨੂੰ ਯਾਦ ਦੌਰ ਹੈ ਕਿ ਵੀ ਜਦੋਂ ਮੈਂ ਅਕਸਰ ਗੱਲ ਕਰਦਾ ਪਿਆ ਸੀ ਕਿ ਵੀ ਕਿਸੇ ਨੇ ਜਦੋਂ 97 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨਹੀਂ ਸੁਬੀਰ ਬਾਦਲ ਨੂੰ ਥੋੜ੍ਹਾ ਜਿਹਾ ਜਦੋਂ ਅੱਗੇ ਲੈ ਕੇ ਆਉਣ ਲੱਗੇ ਤਾਂ ਉਹਨੂੰ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਇਹ ਤਾਂ ਫਿਰ ਪਰਿਵਾਰਕਵਾਦ ਹੋ ਜਾਏਗਾ, ਆ ਕੇ ਤੁਸੀਂ ਆਪਣਾ ਆਪ ਪਹਿਲਾਂ ਸਿਆਸਤ 'ਚ ਹੈਗੇ ਹੋ, ਤੁਸੀਂ ਗੱਲ ਬੱਚੇ ਲੈ ਕੇ ਆਉਣਗੇ। ਅਤੇ ਉਹ ਲੇਕਿਨ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੇ ਡਾਕਟਰ ਦਾ ਮੁੰਡਾ ਡਾਕਟਰ, ਵਕੀਲ ਦਾ ਮੁੰਡਾ ਵਕੀਲ ਬਣ ਸਕਦਾ ਅਤੇ ਮੇਰਾ ਮੁੰਡਾ ਸਿਆਸਤਦਾਨ ਸਸਮ ਕਿਉਂ ਨਹੀਂ ਬਣ ਸਕਦਾ। ਲੇਕਿਨ ਜਵਾਬ, ਹਾਜ਼ਰ ਜਵਾਬ ਹੋਣਾ ਇੱਕ ਬਹੁਤ ਵੱਡੀ ਉਹਦੀ ਖੂਬਸੂਰਤੀ ਸੀਗੀ ਆ ਕੇ। ਲੇਕਿਨ ਜਿਹੜੀ ਹਾਲਾਤ ਅਸੀਂ ਸਿਆਸਤਦਾਨ 'ਚ ਹੁਣ ਦੇਖੀ ਆ ਕੇ, ਉਹਨਾਂ ਤੋਂ ਇੱਕ ਗੱਲ ਪੱਕਾ ਸਿੱਖਣ ਨੂੰ ਮਿਲਦੀ ਹੈ ਕਿ ਜੇ ਤੁਸੀਂ ਥੋੜ੍ਹੀ ਜਿਹੀ ਪੇਸ਼ੈਂਸ ਰੱਖੋ, ਮੇਰੇ ਖਿਆਲ ਦੇ ਵਿੱਚ ਉਹ ਰਾਜਨੇਤਾ ਜ਼ਰੂਰ ਸਫਲ ਹੋਏਗਾ। ਕਿ ਲੇਕਿਨ ਸਿੱਖਣ ਦੀ ਲੋੜ ਤਾਂ ਇਹ ਹੈ, ਲੇਕਿਨ ਮੌਜੂਦਾ ਮੇਰੇ ਖਿਆਲ ਟੈਂਪਰ ਲੂਜ਼ ਕਰ ਜਾਣਾ, ਲੜਾਈ ਝਗੜਾ ਕਰਨਾ ਆ ਕੇ। ਲੇਕਿਨ ਹੁਣ ਇੱਕ ਗੱਲ ਹੈ ਵੀ ਬਹੁਤ ਵੱਡੀ ਹੈ ਅਕਾਲੀ ਦਲ ਵਾਸਤੇ ਵੀ, ਇੱਕ ਇਹ ਵੀ ਥੋੜ੍ਹੀ ਟਕਸਾਲੀ ਅਕਾਲੀ ਜਿਹੜੇ ਸੀਗੇ ਆ ਕੇ, ਹੁਣ ਜਿਵੇਂ ਕਿਰਪਾਲ ਸਿੰਘ ਬਡੁੰਗਰ ਅਰਗੇ ਆ ਵੀ 90 ਸਾਲਾਂ ਦੇ ਹੋ ਚੁੱਲੇ ਨੇ, ਔਰ ਕਈ ਸਿਆਸਤਦਾਨ ਆ ਜਿਹੜੇ ਉਹਨਾਂ ਦੇ ਬਰਾਬਰ ਨਾਲ ਕੰਮ ਕੀਤਾ ਹੈਗਾ। ਲੇਕਿਨ ਹੁਣ ਬੜਾ ਇੱਕ ਵਕਤ ਹੈਗਾ ਇਸ ਤਰ੍ਹਾਂ ਦਾ ਕਿ ਜਿਹੜਾ ਕਿ ਵੀ ਉਹਨਾਂ ਕੋਲ ਠੀਕ ਹੈ, ਅੱਜ ਸਾਡੀ ਦੁਨੀਆ 'ਚ ਨਹੀਂ, ਲੇਕਿਨ ਸਿੱਖਣ ਦੀ ਲੋੜ ਆ ਕੁਝ ਚੀਜ਼ਾਂ ਨੂੰ, ਪੇਸ਼ੈਂਸ ਜਿਹੜੀ ਹੈ ਇਨਸਾਨ ਨੂੰ ਜਿਹੜੀ ਆਪਣੇ ਆਪ ਨੂੰ ਰੱਖਣ ਦੀ ਬਹੁਤ ਜ਼ਰੂਰੀ ਹੈਗੀ ਹੈ। ਅਤੇ ਜੇਕਰ ਮੇਰੇ ਖਿਆਲ ਸਿਆਸਤ ਦੇ ਵਿੱਚ ਜੇਕਰ ਵੱਡਾ ਗੁਰ ਸਿੱਖਿਆ ਵੀ ਹੋਵੇਗਾ
एक ही है कि भी जे तुसी वक्त समा बड़ा बलवान हों के कहें कि समा बड़ा बलवान है तानू नहीं पता करना जो कोई ना कोई जो सरकार बनाने लोग किमें साड़िया भी अपने इशारा कर कर कहते भी किमें चूंडियां मार मार के किमें तुहानू करदे आ लेकिन तुसी समय नू थोड़ा जा रख लो ते ओ बहुत मैं लगता कि एक सबली उदाहरण है। बहुत बहुत शुक्रिया भाई साहब। सो दोस्तों इस वक्त प्रकाश सिंह बादल होरां दे किरदार दे बारे गल हो रही है और किरदार बहुत वड्डी चीज़ हुंदी है और एक किरदार ही है जिसकी बदौलत ये तमाम जो लोग तमाम जो लीडरशिप है श्रोमणी अकाली दल की वो इत्थे पहुँचती पई है। अखां दे विच जरूर नमी है लोगों के और ये हाले भी कई लोगों हाले भी जो असं गल कर रहे थे ऑफ द कैमरा ऑफ द रिकॉर्ड कई लोगों हाले तक यकीन नहीं सीगा हालांकि वो कैमरे पर आके गल नहीं करना चाहते थे लेकिन हाँ उन्होंने हाले तक इस गल पर यकीन नहीं सीगा और ये तमाम तुसी जो लोग इत्थे पहुँचते देखते पे हो ये वो लोग ने जो प्रकाश सिंह बादल होरां दे जुबान दे बारे गल करते उन्होंने लियाकत दे बारे गल करते वो किस तरीके का किरदार रखते सीगे उहदे बारे गल करते हैं और ये तमाम तुसी जो पिछे देखोगे ये फोर्टिस हस्पताल दियाँ तस्वीर ने और ये तस्वीर मैं इस करके दिखा रहा वा तुहानू क्योंकि ये उही हस्पताल है जिस दे ICU दे बैड दे उत्ते मरहूम प्रकाश सिंह बादल होरां ने आखिरी साह लिते है। पिछले दिन ही तुसी श्रोमणी अकाली दल दे प्रधान सरदार सुखबीर सिंह बादल होरां दी वायरल हुंदी एक वीडियो भी सुनी होएगी जिदे विच वो अपने दिल दे विच जो उन्हां दे एक अफसोस है एक रंज है एक गम है वो लोकां दे नाल सांझा करदे ने और वो कहंदे ने कि मैनूं उदासी इस गल दी सीगी कि इस वार दीआं पंजाब सभा विधानसभा चोणां दे विच पंजाब दीआं विधानसभा चोणां दे विच सरदार प्रकाश सिंह बादल होरां दी हार हो गई और इस चीज़ नू लैके सुखबीर सिंह बादल जो सीगे वो एक कमरे दे विच चुपचाप बैठे हुए सी उदास सी उदासी सीगी उन्हां दे चेहरे दे उत्ते और जदों प्रकाश सिंह बादल होरां ने उन्हां नू देखिया ऑब्जर्व किया आके तो उन्होंने उन्होंने आके हल्लाशेरी दिती मोटीवेशन दिती कि कोई गल नहीं ये सियासत है सियासत दे विच उतरा चढ़ा आते रहते उही मनप्रीत सिंह अयाली ने कहा कि ये राजनीति है राजनीति दे विच उतरा चढ़ा आते रहते हैं और ये तस्वीर थोड़े नाल इस वक्त साझियां करते पे हैं फोर्टिस हस्पताल के ठीक बाहर दियाँ जिते तुसी देख सकते हो कि लगातार इत्थे लोकां दी आवाजाई भी है और तमाम श्रोमणी अकाली दल की लीडरशिप भी इत्थे पहुँचती पई है। जदों सरदार सुखबीर सिंह बादल प्रकाश सिंह बादल होरां दे बारे गलबात करते हैं या अपने पिता दे किस्से सुनाउंदे आ तां उह कहंदे आ कि सरदार प्रकाश सिंह बादल होरां ने जदों कोविड दा टाइम सी करोना दा वक्त चलदा पिया सीगा उस वेले सरदार प्रकाश सिंह बादल होरां नूं नैटफ्लिक्स ते डॉक्यूमेंट्रीज देखण दा बहुत शौक सी अलग अलग तरीके दीआं डॉक्यूमेंट्रीज देखिया करदे सीगे और सरदार सुखबीर सिंह बादल दसदे ने कि उन्हां दे घर एक मैंगो आइसक्रीम भी बनती है जो खास तौर पर पूरा परिवार बैठ के खाता है और वो नाल नाल ये भी कहते हैं कि प्रकाश सिंह बादल अपने आप को फिट रखन दे अपने लाइफ स्टाइल को डिसिपलिन रखन दे बारे बहुत मतलब डिसिपलिन इंसान सीगे और किस तरीके दे नाल उन्हां दा लाइफ स्टाइल डिसिपलिन तरीके दे नाल कायम रखते सीगे उहदे बारे सुखबीर सिंह बादल अक्सर गल्लां भी करते हैं। और इस वक्त दोस्तों तुहानू मैं दस दिना वा कि ट्विटर के उत्ते भी हैशटैग प्रकाश सिंह बादल ये ट्वीट जो है ये हैशटैग जो है ट्रेंड करता पाया और तमाम मैं पहला जिदा किया कि वखरियां वखरियां पोलिटिकल पार्टीज़ दियाँ अपने आइडियोलॉजिकल वखरेवें हो सकते विचारधावान जड़ियाँ हो सकदियां ने अलग हो सकदियां लेकिन इस वक्त उन्हां विचारधारावान तो उठ के लोग जो ने सामने आ के प्रकाश सिंह बादल दे नाल जो जो वक्त उन्हां दा गुजरिया वो सांझा करदे पे ने भावें वह देश के प्रधानमंत्री नरेंद्र मोदी होन भावें राजनाथ सिंह होन तमाम लोग जो प्रकाश सिंह बादल नूं नज़दीक तो जानते ने ओह उन्हां दे नाल अपने किस्से सांझे करदे पे ने और देश के प्रधानमंत्री नरेंद्र मोदी साहब किते ना किते उन्हां दे एक हिसाब से प्रकाश सिंह बादल जो सी आइडल भी सी
उन्हां दी राजनीति तो किते ना किते प्रधानमंत्री नरेंद्र मोदी भी प्रेरित रहे। बहुत सारिया चीज़ां प्रधानमंत्री नरेंद्र मोदी नूं उन्हां कोलों सिखण नूं मिलियां। और प्रकाश सिंह बादल बारे ਇਹ ਸਾਫ ਤੌਰ 'ਤੇ ਕਿਹਾ ਜਾਂਦਾ ਕਿ ਉਹ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਨੇ ਕਿ ਜਿਹਨੇ ਸਿਆਸਤ ਨੂੰ ਡੂੰਘਾਈ ਦੇ ਨਾਲ ਉਹ ਜਾਣਦੇ ਨੇ, ਜੋ ਡੀਪ ਰੂਟਸ ਸਿਆਸਤ ਦੀਆਂ ਕੀ ਹੁੰਦੀਆਂ ਨੇ ਜਿੰਨੀ ਬਰੀਕੀ ਦੇ ਨਾਲ ਉਹ ਜਾਣਦੇ ਨੇ, ਸ਼ਾਇਦ ਹੀ ਕੋਈ ਹੋਰ ਇਹੋ ਜਿਹਾ ਰਾਜਨੇਤਾ ਹੋਵੇ ਜੋ ਜਾਣਦਾ ਹੋਵੇ।